साडा शहर विच रौला जिवें वटदा घूमे सड़कां ते टोला कौम जटदा साडा शहर विच रौला जिवें वटदा घूमे सड़कां ते टोला कौम जटदा काली गड्डी साडे थल्ले जेड़ी रोड पूरा मल्ले वेख बह गईयां रकाना दिल फड़के आ मुंडे केड़े पिंड दे कराता मेरी बेइज्जती कराती है बर्बाद करता मेनू तां चलण तों पहले ही फ्लॉप करता ओ कोई नहीं भाई फिर की हो गया होर कर लांगे जे गाना नहीं चलिया ओ कितने व्यू आ गए ओए 80 व्यू आए ने कुल 80 तो कमेंट 240 ਬੱਲਾ 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 ਇੰਨੇ ਕਮੈਂਟ ਹੋਏ ਓਏ ਉਹ ਨਾ 80 ਲੋਕਾਂ ਨੇ ਨਾ ਤਿੰਨ ਤਿੰਨ ਕਮੈਂਟ ਕਰਕੇ ਮੈਨੂੰ ਭਾਂਸ ਭਾਂਤੀਆਂ ਗਾਲਾਂ ਕੱਢੀਆਂ ਨੇ ਕਹਿੰਦੇ ਇੰਨਾ ਬੇਕਾਰ ਗਾਣਾ ਯਾਰ ਮੇਰੀ ਤਾਂ ਬੇਇੱਜ਼ਤੀ ਕਰਾਤੀ ਤੁਸੀਂ ਓ ਚੱਲ ਬਾਈ ਤੂੰ ਟੈਨਸ਼ਨ ਨਾ ਲੈ ਬਸ ਐ ਮੈਂ ਲਾ ਲਿਆ ਸਾਬ ਸਿੰਗਲ ਬੰਦਾ ਨਹੀਂ ਚੱਲਦਾ ਆਪਾਂ ਬਾਈ ਤੇਰਾ ਡਿਊਟ ਗਾਣਾ ਕਰਦੇ ਆਂ ਗਰਲੇਜ਼ ਅਖਤਰ ਹਾਂ ਬਾਈ ਜੇ ਨਾ ਤੈਨੇ ਮੇਰਾ ਗਾਣਾ ਗਰਲੇਜ਼ ਅਖਤਰ ਨਾਲ ਕਰਾਤਾ ਗੱਲ ਹੀ ਬਣ ਜੂਗੀ ਪਹਿਲਾਂ ਹੀ ਗਾਣਾ ਨਾ ਮੇਰਾ ਸੁਪਰ ਡੂਪਰ ਹਿੱਟ ਜਾਊਗਾ ਸੁਪਰ ਡੂਪਰ ਹਿੱਟ ਆ ਕਰ ਖੇਚਲ ਤੂੰ ਓ ਬਾਈ ਪਹਿਲਾਂ ਮੇਰੀ ਪੂਰੀ ਗੱਲ ਸੁਣ ਉਹ ਮੇਰੇ ਕਹਿਣ ਦਾ ਮਤਲਬ ਆ ਗਰਲੇਜ਼ ਅਖਤਰ ਦੀ ਭੈਣ ਦੀ ਤਾਏ ਦੀ ਕੁੜੀ ਆ ਫਰਲੇਜ਼ ਅਖਤਰ ਕਦੇ ਸੁਣਿਆ ਤਾਂ ਹੈ ਨੀ ਬਾਈ ਉਹਦੇ ਬਾਰੇ ਇਹਦੇ ਬਾਰੇ ਖਾਸਾ ਸੁਣਿਆ ਉਹ ਮੇਰਾ ਮਤਲਬ ਆਪਣਾ ਜੱਗੀ ਬਾਈ ਆਉਣ ਵਾਲੇ ਟਾਈਮ ਦਾ ਸਟਾਰ ਆ ਉਸੇ ਤਰ੍ਹਾਂ ਫਰਲੇਜ਼ ਅਖਤਰ ਆ ਠੀਕ ਆ ਮੈਂ ਲਾ ਲਿਆ ਸਾਹਿਬ ਸਾਲੂ ਜਿਸ ਹਿਸਾਬ ਨਾਲ ਤੁਸੀਂ ਮੈਨੂੰ ਪੰਪ ਦਿੰਦੇ ਹੋ ਨਾ ਸਾਲ ਨਹੀਂ ਟੱਪਣ ਦਿੰਦੇ ਬਕਵਾਉਂਗੇ ਮੇਰੀ ਜ਼ਮੀਨ ਬਾਈ ਸਿਨੇਮਾ 'ਚ ਕੁੱਕਾਂ ਪਿਆ ਕਰਨਗੀਆਂ ਕੁੱਕਾਂ ਦੇ ਉੱਤੇ ਗਾਣੇ ਚੱਲਣਗੇ ਕੋਈ ਗਾਣਾ ਸਿਨੇਮਾ 'ਚ ਲੱਗੂਗਾ ਓਏ ਉਹ ਮੇਰੇ ਕਹਿਣ ਦਾ ਮਤਲਬ ਆ ਬਾਈ ਦੇ ਫਿਲਮਾਂ 'ਚ ਗਾਣੇ ਆਣਗੇ ਤੇ ਫਿਲਮਾਂ ਸਿਨੇਮਾ 'ਚ ਲੱਗਣਗੀਆਂ ਗਾਣੇ ਹਿੱਟ ਨੇ ਹਾਏ ਬਾਈ ਹੁਣ ਐਂ ਕਰ ਗੱਜਣ ਕੋਲੇ ਚੱਲ ਉਹ ਤੂੰ ਫਿਕਰ ਨਾ ਕਰ ਚੱਲ ਉੱਠਾ ਜਾ ਗੱਜਣ ਦਾ ਆਪਾਂ ਡਿਊਟ ਗਾਣਾ ਲਿਖਾਈਏ ਆਪਣਾ ਹਾਂ ਨਾਲੇ ਮੇਰੇ ਤੋਂ ਜੁੱਤੀ ਆਇਆ ਹੋਊਗਾ ਨੇ ਮੈਨੂੰ ਕਹੇ ਜਾ ਗਾਣਾ ਲਿਖ ਕੇ ਦਿੱਤਾ ਬਾਈ ਇਸ ਵਾਰੀ ਨਹੀਂ ਆਪਾਂ ਕਸਰ ਰਹਿਣ ਦਿੰਦੇ ਆ ਜਾ ਆਇਆ ਨਾਲੇ ਕੋਲ ਡਰੀ ਬੋਤਲ ਲਾਉਂਗੇ ਚੱਲ ਸਾਲਾ ਕਿਵੇਂ ਪਿਆ ਸਾਡੀਆਂ ਨੀਂਦਾਂ ਉਡਾ ਕੇ ਉਹ ਗੱਜਣ ਉਹ ਬਾਈ ਕੀ ਹੋ ਗਿਆ ਉਹ ਗੱਜਣ ਇਹ ਕੀ ਕਰਿਆ ਸਾਡੇ ਯਾਰ ਦਾ ਗਾਣਾ ਚੱਲਣ ਤੋਂ ਪਹਿਲਾਂ ਹੀ ਫਲੌਪ ਹੋ ਗਿਆ ਸਹੀ ਆ ਸਹੀ ਆ ਉਹ ਕੀ ਸਹੀ ਆ ਸਹੀ ਆ ਓਏ 36 ਪ੍ਰਕਾਰ ਦਾ ਭਾਂਸ ਭਾਂਤਾ ਤਾਂ ਤੈਨੇ ਸਾਨੂੰ ਗਾਣਾ ਲਿਖ ਕੇ ਦਿੱਤਾ ਚੱਲਣਾ ਸੁਭਾਅ ਸੀ ਹੋ ਇੰਨੀ ਰਕਮ ਖਰਾਬ ਕਰਤੀ ਸਾਡੀ ਰਕਮ ਵਾਪਸ ਕਰ ਰਕਮ ਉਹ ਬਾਈ ਤੁਸੀਂ 2000 ਰੁਪਏ ਦਾ ਦਿੱਤਾ ਸੀ ਯਾਰ ਮੈਨੂੰ ਮੈਂ ਯਾਰ ਮੱਝਾਂ ਵਾਸਤੇ ਖਲਦੀ ਬੋਰੀ ਲਿਆ ਆ ਮੇਰੇ ਕੋਲ ਨਹੀਂ ਹੈਗਾ ਹੁਣ ਕੋਈ ਪੈਸਾ ਪੂਸਾ ਉਹ ਚੱਲ ਜੇ ਪੈਸੇ ਨਹੀਂ ਹੈਗੇ ਸਾਨੂੰ ਇੱਕ ਵਧੀਆ ਜਿਹਾ ਡਿਊਟ ਗਾਣਾ ਲਿਖ ਕੇ ਦੇ ਸਹੀ ਆ ਸਹੀ ਆ ਚੱਕ ਵੀ ਲਿਖਣਾ ਨਾ ਗਾਣਾ
ਉਹ ਚੱਕਵਾਂ ਹੀ ਲਿਖਣਾ, ਹੋਰ ਕੀ ਤੈਨੂੰ ਜੱਗੀ ਸਾਬਰ ਕੋਟੀ ਲੱਗਦਾ? ਚੱਲ ਕੋਈ ਨਹੀਂ ਬਾਈ, ਪਰਸੋਂ ਨੂੰ ਆ ਜਾਇਓ, ਪਰਸੋਂ ਨੂੰ ਦੇ ਦੂੰਗਾ ਤੁਹਾਨੂੰ ਮੈਂ ਕੋਈ ਗਾਣਾ। ਮਿਲ ਜਾਣਾ ਚਾਹੀਦਾ, ਨਹੀਂ ਜਿਹੜਾ ਤੂੰ ਸਹੀ ਸਹੀ ਕਰਦਾ ਨਾ, ਤੇਰਾ ਗਲਤ ਗਲਤ ਕਰਦਾ ਨਾ ਸਭ ਕੁਛ। ਲਾ ਲਈ ਹਿਸਾਬ ਆਪਣਾ, ਦੇ ਦੀ ਟਾਈਮ ਸਿਰ, ਲੇਟ ਨਾ ਕਰੀ। ਮੇਰਾ ਕੀ ਕਸੂਰ ਆ, ਮੈਂ ਤਾਂ ਗਾਣਾ ਵਧੀਆ ਲਿਖ ਕੇ ਦਿੱਤਾ ਸੀ। ਚੱਲ ਕੋਈ ਗੱਲ ਨਹੀਂ, ਅਗਲੀ ਵਾਰ ਨੂੰ ਹੋਰ ਵਧੀਆ ਲਿਖਾਂਗੇ। ਉਹ ਬਾਈ ਮੈਨੂੰ ਫਰਲੇਜ ਅਖਤਰ ਨਾਲ ਤਾਂ ਮਿਲਾ ਦਿਓ। ਕੀ? ਉਹ ਮੇਰਾ ਮਤਲਬ ਜੱਗੀ ਨੂੰ ਫਰਲੇਜ ਅਖਤਰ ਨਾਲ ਤਾਂ ਮਿਲਾ ਦੇ, ਗੱਲਬਾਤ ਕਰ ਲੂ, ਕਿੰਨੇ ਕੁ ਪੈਸੇ ਲੈਂਦੀ ਆ? ਉਹ ਕੋਈ ਨਹੀਂ, ਉਹਨੂੰ ਹਲੇ ਨਹੀਂ ਬੁਲਾਉਂਦੇ, ਇੱਕ ਵਾਰੀ ਗਾਣਾ ਆਪਣੇ ਹੱਥ 'ਚ ਆ ਜੇ ਫਿਰ ਬੁਲਾਵਾਂਗੇ। ਉਹ ਨਾਲੇ ਤੂੰ ਦੇਖੀ ਡਿਊਟ ਸੌਂਗ ਤਾਂ ਉਹੀ ਨਹੀਂ ਪਿੱਟਦੇ। ਉਹ ਸਾਲੇ, ਉਹ ਤੁਹਾਡੇ ਪੰਪਾਂ ਨੇ ਨਾ ਮੇਰਾ ਬੇੜਾ ਗਰਕ ਕਰਤਾ, 70,000 ਪਹਿਲਾਂ ਖਰਾਬ ਕਰਤਾ, ਹੁਣ ਤਾਂ ਤੁਸੀਂ ਉਹ ਲਾਇਓ ਜਿਹੜੇ ਪੈਸੇ ਲੱਗਣਗੇ, ਨਾਲੇ ਤੁਹਾਡਾ ਕੀ ਫਾਇਦਾ ਫਿਰ? ਉਹ ਤੂੰ ਪੈਸੇ ਦੀ ਕਿਉਂ ਪਰਵਾਹ ਕਰਦਾ, ਪੈਸੇ ਪੂਸੇ ਦਾ ਅਸੀਂ ਆਪੇ ਲਾ ਦਾਂਗੇ। ਓ ਓ ਹਾਂ ਹਾਂ ਬਾਈ, ਪੈਸੇ ਅਸੀਂ ਲਾਵਾਂਗੇ, ਫਿਰ ਵੀ ਤੂੰ ਸਾਡਾ ਯਾਰ ਆ, ਤੂੰ ਟੈਨਸ਼ਨ ਨਾ ਲੈ। ਚੱਲ ਫਿਰ ਮੇਰੀ ਗੱਲ ਸੁਣੋ, ਹੁਣ ਮੈਂ ਜਾਂਦਾ ਘਰੇ, ਘਰੇ ਵੀ ਦੇਖ ਲਾਂ ਕੰਮ ਕਰ, ਆਪਾਂ ਫਿਰ ਮਿਲਦੇ ਹਾਂ, ਠੀਕ ਆ? ਆਹੋ ਠੀਕ ਆ ਬਾਈ। ਗੱਲ ਸੁਣੋ, ਏ ਚੌੜਾ ਹੋ ਕੇ ਕਹਿੰਦਾ ਅਸੀਂ ਲੈ ਦਾਂਗੇ ਪੈਸੇ, ਕਿੱਥੋਂ ਲਾ ਦੇਗਾ? ਮੈਂ ਨਾ ਕੁਛ ਹੋਰ, ਉਹ ਤਾਂ ਦਿਲ ਰੱਖਣ ਵਾਸਤੇ ਕਹਿਣਾ ਹੀ ਪੈਂਦਾ। ਪਰ ਦੇਣੇ ਤਾਂ ਪੈਣਗੇ ਯਾਰ, ਨਹੀਂ ਜੁੱਤੀਆਂ ਬਹੁਤ ਮਾਰੂ ਆਪਣੇ ਸਿਰ 'ਚ, ਕੁਛ ਕਰਨਾ ਪੈਣਾ। ਸਹੀ ਗੱਲ ਆ ਬਾਈ, ਮੈਂ ਸੋਚਦਾ ਯਾਰ ਕੁਛ। ਓਏ ਅੱਜ ਰਾਤ ਨੂੰ ਕੀ ਕਰ ਰਿਹਾ? ਕੁਛ ਨਹੀਂ, ਮੈਂ ਕੀ ਕਰਨਾ? ਚੱਲ ਫਿਰ ਤੈਨੂੰ ਅੱਜ ਹੀ ਦੱਸੂ ਰਾਤ ਨੂੰ। ਕੀ? ਉਹ ਤੂੰ ਟੈਨਸ਼ਨ ਨਾ ਲੈ, ਤੈਨੂੰ ਰਾਤ ਨੂੰ ਹੀ ਦੱਸਦਾ। ਚੱਲ ਫਿਰ ਚੱਲੀਏ। ਚੱਲ ਆ ਜਾ ਆ ਜਾ। ਕੋਈ ਨੌਕਰੀ ਨੀ ਰਹੀ, ਹੁਣ ਤਾਂ ਹੀ ਕੰਮ ਕਰਨੇ ਪੈਣਗੇ, ਨਾਲੇ ਮਾੜਾ ਕੀ ਆ ਇਹਨਾਂ ਕੰਮਾਂ ਚ? ਉਹ ਮਾੜਾ ਤਾਂ ਕੁਛ ਨੀ, ਗੁਣ ਹੋਣਾ ਵੀ ਜ਼ਰੂਰੀ ਆ। ਆਪਣੀ ਆਵਾਜ਼ ਦੇਖੀ ਆ, ਕੱਟੇ ਵਰਗੀ ਤਾਂ ਆਵਾਜ਼ ਚੱਕੀ ਫਿਰਦਾ। ਮੰਨ ਲਾ ਮੇਰੀ ਗੱਲ, ਲੋਕ ਛਿੱਤਰ ਮਾਰਨਗੇ ਤੇਰੇ। ਉਹ ਨਹੀਂ ਮਾਰਦੇ ਛਿੱਤਰ ਬਾਪੂ, ਨਾਲੇ ਤੈਂ ਮੇਰੀ ਆਵਾਜ਼ ਕਦੋਂ ਸੁਣ ਲਈ, ਤੈਂ ਸੁਣੀ ਕਦੋਂ ਮੇਰੀ ਆਵਾਜ਼? ਸਾਲਿਆ ਜਦੋਂ ਦਾ ਜੰਮਿਆ ਤੇਰੀ ਉਹ ਆਵਾਜ਼ ਸੁਣ ਰਿਹਾ, ਮੈਥੋਂ ਜ਼ਿਆਦਾ ਕਿਹਨੇ ਸੁਣੀ ਆ ਤੇਰੀ ਆਵਾਜ਼? ਮੇਰੀ ਗੱਲ ਸੁਣ ਲਾ, 70,000 ਦਾ ਘਾਟਾ ਪੈ ਗਿਆ, ਪਤਾ ਨਹੀਂ ਕਿਹੜੇ ਮੇਰੇ ਸਾਲੇ ਮੇਰੀ ਸੋਨੇ ਵਰਗੀ ਝੋਟੀ ਚੋਰੀ ਕਰ ਲੈ ਗਏ। ਉਹ ਚੱਲ ਬਾਪੂ ਲੈ ਗਏ, ਤੈਨੂੰ ਕੀ ਘਾਟਾ ਕਿਸੇ ਚੀਜ਼ ਦਾ? ਆਹੋ ਜੇ ਘਾਟਾ ਨਹੀਂ ਤਾਂ ਵਾਧਾ ਵੀ ਨਹੀਂ ਹੈਗਾ, ਚੋਰਾਂ ਵਾਸਤੇ ਨਹੀਂ ਗੁਮਾ ਰਿਹਾ, ਚੁੱਪ ਕਰਕੇ ਕੰਮ ਕਰ ਲਾ ਘਰ ਦੇ, ਇਹੀ ਖਾਣ ਨੂੰ ਦੇਣਗੇ। ਨਾਲੇ ਆ ਸਿਲੰਡਰ ਵਾਲੇ ਆ ਗਏ, ਸਿਲੰਡਰ ਭਰਾ ਕੇ ਲਿਆ। ਉਹ ਬਾਪੂ ਭਰਾ ਲਿਆ ਯਾਰ ਸਿਲੰਡਰ, ਮੈਂ ਤਾਂ ਰਿਆਜ਼ ਕਰਨਾ। ਤੇਰੇ ਗੰਦੀ ਲਾ ਦੇ, ਤੇਰਾ ਨਹੀਂ ਕੁਛ ਹੋ ਸਕਦਾ। ਉਹ ਕੀ ਹੋ ਗਿਆ? ਕੀ ਹੋ ਗਿਆ? ਤੇਰੀ ਤੇਰੀ ਯਾਰ ਕੰਮ ਖਰਾਬ ਕਰਤਾ। ਅੱਜ ਤਾਂ ਠੰਡ ਵੀ ਬਹੁਤ ਆ, ਸਾਲਾ ਮੂੰਹ ਤੋਂ ਵੀ ਬਹੁਤ ਤੰਗ ਕਰਦਾ ਠੰਡ ਚ ਤਾਂ। ਮੈਨੂੰ ਲੱਗਦਾ ਹਟ ਗਿਆ ਵੀ ਓਏ, ਉਹ ਤੇਰੀ ਉਹ ਮੀਂਹ ਨਹੀਂ ਮਿਲਿਆ ਸਾਲਿਆ, ਤੇਰੇ ਮਾਸੜ ਦਾ ਮੂੰਹ ਤਾਂ ਹੀ ਸਾਲਾ ਨਮਕੀਨ ਜਿਹਾ ਪਿਆ, ਤਾਂ ਹੀ ਨਮਕੀਨ ਪਿਆ ਓਏ। ਮੈਨੂੰ ਲੱਗਦਾ ਵੱਗ ਗਿਆ ਬਈ। ਚੱਲ ਗਿਆ ਚੱਲ ਗਿਆ, ਮੇਰੇ ਸਾਲੇ ਨੇ ਹੜੇ ਲਿਆ ਤਾ ਤੀ। ਓਏ ਹੜ ਹੁੜ ਨੂੰ ਕੀ ਆ ਸਾਲਿਆ, ਮੈਂ ਇਸ 70,000 ਦੀ ਵਿਕੂ, ਪਤਾ ਕਿੰਨੀ ਵਧੀਆ ਵਧੀਆ ਝੋਟੀਆਂ ਰੱਖਦਾ। ਚਲੀ
चल छड़ दे रोई जी। एक मिनट रुक जा, नेरा बहुत आ। मैं लैटर का कमरा इतनी भी जाना कॉलेज। ला ला लब ला कितने और सोचो ना। जा जा फिर दो मिनट झट देगा। जगी ने भी कर वो सड़ा इस बार स्क्रिप्ट चेंज आ पढ़िया नहीं ना भाई मैं नहीं पढ़ी हैगी। चल खोल भाई। मैं नहीं खोलता ले बा सिंक मार के बक्खी फाड़ दू। तू खोल भाई मैं ध्यान रखता इधर उधर। आया आया बन गया 80,000 80,000 पीछे 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 ये तो लाख दी बिक जू। मैं सर वो अपनी मज किधर गई जगी वो जगी वो की हो गया बापू वो अपनी मज चोरी होगी पुत मज चोरी होगी वो किने कर ली मज चोरी पता नहीं मेरा सारा कौन लै जाता एक पहला चोरी होगी है एदो चंगा तो मैं ही चोरी कर लाता यार वो की बोली जाना तू ओ बापू मैं कहना सी पिंड च ना बागी होवे खुल के तू एक बारी पिंड च गेड़ा मारिया देखिया जाके। चल मैं देख के आना तू रे ध्यान रखी। हाँ हाँ कोई नहीं। कमाल हो गई यार। होर तहां चढ़ के बैंदा भाई जा तू। ओ भाई की हो गया किवें ढिल्ले जे बुल करी बैठे यार। ओ भाई मैं चोरी होगी साड़ी रात। हाँ ला ला हो कि मैं होगी चोरी और मेनू की पता कि मैं होगी चोरी यार ऐतो तो आप ही बेच दंदे आप ही चोरी कर लंदे गाना कर लंदे लेच की बड़ी गल्ल है सो जला अपनी चोरी कर ली मतलब ओ भाई इदा मतलब है तू टेंशन ना ले देख मैं स्विच के भी पैसे गाने ते लाने सी हुन असी पैसे गाने ते ला दांगे फिर भी तेरे यार। हां भाई हां आई ओ कहंदा सी मैं भी यार मैं ता थोड़े बारे एमी गलत सोचदा सी ਤੁਸੀਂ ਤਾਂ ਯਾਰ ਮੇਰਾ ਕਿੰਨਾ ਕਰਦੇ ਹੋ। ਉਹ ਬਈ ਮੈਂ ਤਾਂ ਐਂ ਕਹਿ ਰਿਹਾ ਯਾਰ ਆਪਣੇ ਪਿੰਡ ਵਾਲਾ ਰਿਹਾ ਮੇਲਾ ਆਪਾਂ ਇਹਦਾ ਉੱਥੇ ਖਾੜਾ ਲਵਾ ਦਿੰਦੇ ਹਾਂ ਛੱਡੋ ਭਰਾ ਰਿਕਾਰਡ ਰਿਕੂਡ ਕਰਨ ਨੂੰ। ਉਹ ਹਾਂ ਬਈ ਫਰਲੇਜ਼ ਅਖਤਰ ਨੂੰ ਵੀ ਉੱਥੇ ਹੀ ਬੁਲਾ ਲਾਂਗੇ ਆਪਾਂ ਇਹਨਾਂ ਦਾ ਲਾਈਵ ਰਿਕਾਰਡ ਕਰਾ ਦਿੰਦੇ ਹਾਂ। ਬਈ ਪਰ ਗਾਣਾ ਤਾਂ ਜੇ ਆਪਣੇ ਕੋਲ ਆਇਆ ਨਹੀਂ ਕੋਈ। ਉਹ ਤੂੰ ਗਾਣੇ ਦੀ ਫਿਕਰ ਨਾ ਕਰ ਗਾਣਾ ਗੱਜਣ ਨੇ ਡਨ ਕਰਤਾ ਹੋਊ ਉਹ ਮੈਂ ਆਪੇ ਲੈ ਆਊਂ ਉਹ ਤੋਂ। ਹਾਏ ਹਾਏ ਹੁਣ ਤਾਂ ਸਾਡਾ ਬਈ ਕਲਾਕਾਰ ਬਣੂ ਖਚਲਾ ਜੱਗੀ ਤੇਰੀ ਓਏ। ਹਾਂ ਲਾਈਵ ਲਾਵਾਂਗੇ ਬਈ ਲਾਈਵ ਚੱਲੀ ਭਰਾ ਮਾਰ ਜਾ ਦਰ ਜੱਪ ਓ ਸਾਡਾ ਕਾਦਾ ਆ ਕੇ ਰੁੱਪ ਨਹਿਰੀ ਫੋਜਿਆ ਸਿਰ ਪੋਲ ਦੀ ਜਵਾਨੀ ਚੜ ਚੜ ਕੇ ਆ ਮੁੰਡੇ ਕਿਹੜੇ ਪਿੰਡ ਦੇ ਆ ਮੁੰਡੇ ਕਿਹੜੇ ਪਿੰਡ ਦੇ ਸਾਰਾ ਪੁੱਛਦਾ ਚੰਡੀਗੜ੍ਹ ਖੜ ਕੇ ਆ ਮੁੰਡੇ ਕਿਹੜੇ ਪਿੰਡ ਦੇ ਆ ਮੁੰਡੇ ਕਿਹੜੇ ਪਿੰਡ ਦੇ ਸਾਰਾ ਪੁੱਛਦਾ ਚੰਡੀਗੜ੍ਹ ਖੜ ਕੇ ਆ ਮੁੰਡੇ ਕਿਹੜੇ ਪਿੰਡ ਦੇ मैं बहुत धन्यवाद करदा पिंड वासियां दा ते पिंड दी पंचायत दा ते साडे स्रोतियां दा जिहड़े पहुंचे ने उरे ते धन्नवाद करदे आं असीं NRI वीरां दा जिन्हां ने दिल भर के फंड भेजिया जिंदू नागराज जी बरवेड़े वाले कनेडा तों मनिंदर पाठक गज्जू माजरे वाले एक एक लख रुपया दिता साडे क्लब नूं जिन्हां दे सदके इह इन्ना सोहणा प्रोग्राम होया ते अज तुहाडी पेश करन लग्या सामने जमें नवीं दुगाणा जोड़ी मार्केट विच हुणी आई आ किथे आउण दा इक रूरी फिरदा सी निहाड़ के 1000 रुपया लिया हुण पता नहीं किथे दवे हो गया छेती फॉलो करने वाला थोड़ा अपना सुरां दा बादशाह सरतिंदर सरताज नूं भी इंस्टा ते फॉलो करने वाला थोड़ी जोरदार ताड़ियां दे नाल पंजाब दी ओ मशहूर तुगाना जोड़ी लैके आ रहे हां लो जी।
ਭਾਈ ਤੁਹਾਡੇ ਸਾਹਮਣੇ ਪੇਸ਼ ਆ ਬਹੁਤ ਹੀ ਸੁਰੀਲਾ ਗਾਇਕ ਜਿਨੇ ਕੋਇਲਾ ਦੀ ਵੀ ਜੂਨ ਖਤਮ ਕਰਕੇ ਰੱਖਤੀ ਪੰਜਾਬ ਦੀ ਲੋਕ ਜੋੜੀ ਬਾਈ ਜੱਗੀ ਤੇ ਬੀਬਾ ਫਰਨੇਜ ਅਖਤਰ 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 ਆ ਗਿਆ ਨੀ ਉਹੀ ਪਿਲੋਟੇ ਹੋ ਤੋ ਸਾਰੇ ਯਾਰ ਪਹਿਲੀ ਕੈ हाँ जी सत श्री अकाल जी पहला दा सारिया संगतां नूं इत्थे जिहड़ियां पहुंचियां ने ते मुबारकबाद दूंगा मैं उस टीम नूं कबड्डी दी नूं जिहने अज पहला इनाम लिया है इत्थों ते अज असीं तुहानूं बहुत सारे गाने सुणावांगे तुसीं मेरा पहला गाना भी सुणिया होणा जिहड़ा काफ़ी मशहूर होया सीगा कलेश नाम तों जट नाल कलेश करदे ते गाने आउंदे रहिंदे ने पर अज तुहाडे अगे गाउण दा मौका मिलिया सानूं ते मैं अपने आप नूं खुशनसीब मानदा ते गाना कित्थे ओ बीबा पढ़ ला गाना मैं भी पढ़ना आ देख पहला कि ਬਈ ਵੀਰ ਬਣ ਕੇ ਬਜ਼ੁਰਗਾਂ ਨੂੰ ਆਣ ਦੋ ਅੱਗੇ ਤੁਸੀਂ ਪਿੱਛੇ ਬਹਿ ਜਾਓ ਬੇਨਤੀ ਹੈ ਹਾਂਜੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਵੀਰ ਟਰੈਕਟਰਾਂ ਦੇ ਚੜੇ ਹੋਏ ਨੇ ਉਹ ਵੀਰ ਆਪਣਾ ਥੱਲੇ ਆ ਜਾਓ ਐਵੇਂ ਸਰਟੀਫਿਕੇਟ ਖਾ ਲਓਗੇ ਤੇ ਗਾਣਾ ਸੁਣੋ ਲਈ ਸਟਾਰਟ ਕਰੋ ਜੀ ਗਾਣਾ ਸਟਾਰਟ ਕਰ ਦੇ ਵੇ ਮੈਂ ਆਡੀਆਂ ਚ ਘੁੰਮਦੀ ਫਿਰਾਂ ਸਾਨੂੰ ਸਾਡਾ ਚੇਤਕ ਪਿਆਰਾ ਲੱਗਦਾ ਮੈਂ ਆਉਂਦੀਆਂ ਚ ਘੁੰਮਦੀ ਫਿਰਾਂ ਸਾਨੂੰ ਸਾਡਾ ਚੇਤਕ ਪਿਆਰਾ ਲੱਗਦਾ ਮੈਂ ਜੀਨ ਵਿੱਚ ਘੈਂਟ ਲੱਗਦੀ ਅੱਛਾ ਅੱਛਾ ਜੀ ਨਾ ਨਾ ਸੂਟ ਵਿੱਚ ਕੈਮ ਲੱਗਦੀ ਨਾ ਨਾ ਸੂਟ ਵਿੱਚ ਕੈਮ ਲੱਗਦੀ ਸੂਟ ਵਿੱਚ ਕੈਮ ਲੱਗਦੀ ਤੂੰ ਮਰ ਜਾ ਅੱਗੇ ਤੂੰ ਅੱਗੇ ਕੀ ਕਰਦਾ ਚੱਲ ਖੜਾ ਪਿੱਛੇ ਹੋ ਸਮਾਰ ਕੇ ਕਰ ਟਿਕਾਈ ਟਿਕਾਈ मेरी गल सुनो जी सारे देखो जी साडी कोई गलती नहीं हैगी एक मिनट बख्शो जी सानू गरीब बंदे आ जी बख्शो जी देखो जी साडी कोई गलती नहीं हैगी सानू तां जी गाना लिखाने वाला गलत टक्कर गया जी गाना लिखाने वाला असल सारा कसूर था जी इस बंदे दा जुत्तियां दा सलियां एदे पैणियां चाहिए फट दो फिर दे रहा है आया आजा तेरी साले ने लहू पी लिया मारो ना जी क्यों मार दियो पंप मार के चाड़ता बजरे नु गाना ता आंदा नहीं क्यों नहीं गाना आंदा भाई हद करदा तू तेनू बड़ा गाना आंदा ओ भाई तू हलवाइया पता नहीं ढोलिया के ढिडा कट रखा गाना सौखा नहीं पिया ओ मेरे गाउन वाली की गल गा दंगे यार दिखा गा के जेडा दा मां जा 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 मैं बस आज पता रखो तो मैं ही गा रहा हूं जा 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 ओ वीरे ओ गाना बहुत औखा है थोनू पता ही है ਭੁੱਲ ਜਾਂਦੇ ਲਾਉਣੀਆਂ ਉਡਾਰੀਆਂ ਯਕੀਨੀ ਵਿੱਚ ਨਹੀਂ ਛੋਂਦੀਆਂ ਪਿੰਡ ਪੇਕੇ ਆਂਦੇ ਕੁੜੀਆਂ ਕੁਵਾਰੀਆਂ ਯਕੀਨੀ ਵਿੱਚ ਨਹੀਂ ਛੋਂਦੀਆਂ मेरी झोटी 70,000 रुपया बचा देने चो किन्ने बच के सारे हुण इत्थे लाने वैसे काम दिमाग एदा काम असि दोनों ने करिया तेरी मज नहीं चोरी हुई जेड़ी मज पता किने चोरी करी आ तेनू पता नहीं लग्या असि दोनों ने चोरी करी आ तेरी ओ भाई मेरी पेमेंट तो कर दो इथे आके छितर पवाते बीबा तेनू किन्ने च करया थी इन्होंने 250 हो तेरी तो बीबा पेमेंट बहुत फस गई कोई नहीं करा ले किलो ने करया थे इन्हू पैसे दो इन्होंने हां हां भाई ਪੈਸੇ ਕੱਢ ਫੁੱਲ ਤੇਰੇ ਨਾਲ ਗੱਲ 200 ਚ ਹੋਈ ਸੀ
तेरा चेक मैं कटिया पे मैं बहुत धन्यवाद करता पिंड वालों का जिन्होंने इन्ना सहयोग दिता ते सॉरी भी आ थोड़ा जा प्रोग्राम खराब हो गया चलो ठीक है जी वीडियो नु शेयर कर दियो ते लाइक कर दियो बने रहो जग्गी टीवी दे नाल ਸਤਿ ਸ਼੍ਰੀ ਅਕਾਲ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਇਸ ਦਾ ਪਾਰਟ 2 ਵੱਧ ਤੋਂ ਵੱਧ ਕਮੈਂਟਾਂ 'ਚ ਦੱਸਿਓ ਕਿਹੜੇ ਪਾਰਟ 'ਤੇ ਤੁਹਾਡੀ ਸਭ ਤੋਂ ਜ਼ਿਆਦਾ ਹਾਸੀ ਆਈ ਅਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਨਾਲ ਫੈਮਿਲੀ ਨਾਲ ਤਾਂ ਕਿ ਉਹ ਵੀ ਇੰਜੋਏ ਕਰ ਸਕਣ ਇਸ ਵੀਡੀਓ ਨੂੰ ਅਤੇ ਆਪਣੇ ਚੈਨਲ ਨੂੰ ਲਾਲ ਬਟਨ ਨੂੰ ਪ੍ਰੈਸ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਅਤੇ ਬੈੱਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਕਿਉਂਕਿ ਉਸ ਨਾਲ ਤੁਹਾਨੂੰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣਗੀਆਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੂਗੀ ਨਹੀਂ ਕਈ ਵਾਰੀ ਮਿਸ ਹੋ ਜਾਂਦੀਆਂ ਨੇ ਵੀਡੀਓਜ਼ ਅਤੇ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ @ ਜੱਗੀ ਟੀਵੀ 'ਤੇ ਆਪਣੇ ਪੇਜ ਨੂੰ ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਅਪਡੇਟ ਮਿਲਣਗੇ ਸੋ ਸ਼ੇਅਰ ਜ਼ਰੂਰ ਕਰੋ ਵਟਸਐਪ ਸਟੋਰੀ 'ਤੇ ਲਿੰਕ ਪਾ ਕੇ ਅਤੇ ਇੰਸਟਾਗ੍ਰਾਮ 'ਤੇ ਅਤੇ ਪਿਆਰ ਦਿਓ ਆਪਣਾ ਸਤਿ ਸ਼੍ਰੀ ਅਕਾਲ ਦੂਰ ਟੈਨਸ਼ਨਾਂ ਤੋਂ ਲੱਗੀ ਪੂਰੀ ਮੌਜ ਆ